ਕਿਉਂਕਿ ਕੁਛ ਸਮਾਂ ਪਹਿਲਾਂ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਸੀ। ਹੁਣ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿ ਜਿਹੜਾ ਸਾਡਾ ਪੰਜਾਬ ਹੈ ਇਹਦੀ ਵੱਡੀ ਤਰੱਕੀ ਜੇ ਅਸੀਂ ਕਰ ਸਕਦੇ ਹਾਂ ਤਾਂ ਸਾਰੇ ਰਲ ਮਿਲ ਕੇ ਕਰ ਸਕਦੇ ਹਾਂ। ਔਰ ਉਹਦੇ ਵਿੱਚ ਜਿਵੇਂ ਮੇਰੇ ਕੋਲ ਮਹਿਕਮਾ ਖੇਤੀਬਾੜੀ ਹੈ, ਨਾਲ ਪਸ਼ੂ ਪਾਲਣ ਹੈ, ਇਹ ਪੰਜਾਬ ਦੇ ਬੱਚੇ ਨਾਲ ਜੁੜਿਆ ਹੋਇਆ। ਅਸੀਂ ਜੇ ਪਸ਼ੂ ਪਾਲਦੇ ਹਾਂ, ਪਸ਼ੂ ਧਨ ਬਹੁਤ ਵੱਡੀ ਸਾਡੇ ਲਈ ਸਰਮਾਇਆ ਹੈ। ਔਰ ਉਹ ਜੇ ਇਹੋ ਜਿਹੇ ਮੇਲੇ ਲੱਗਦੇ ਆ ਤਾਂ ਉਹਦੇ 'ਚੋਂ ਹੀ ਸਾਡੇ ਨੌਜਵਾਨ ਉਤਸ਼ਾਹਿਤ ਹੁੰਦੇ ਆ, ਇਧਰਲੇ ਪਾਸੇ ਲੱਗਦੇ ਆ, ਜਿਹਦੇ ਨਾਲ ਅਸੀਂ ਆਪਣੇ ਇਸ ਕਾਰੋਬਾਰ ਨੂੰ ਵਧਾਵਾਂਗੇ, ਖੁਸ਼ਹਾਲ ਹੋਵਾਂਗੇ। ਇਹਨਾਂ ਪਿਆਰੇ ਜਾਨਵਰਾਂ ਨਾਲ ਵੀ ਸਾਡਾ ਮੋਹ ਪਿਆਰ ਬਣੂਗਾ, ਜਿਹੜਾ ਕਿ ਇੱਕ ਬੇਜਵਾਨ ਜਿਨ੍ਹਾਂ ਨੂੰ ਪਾਲਣਾ ਇੱਕ ਰੱਬ ਦੀ ਪੂਜਾ ਕਰਨਾ ਹੁੰਦਾ ਅਤੇ ਅਸੀਂ ਆਪਣੇ ਕਾਰੋਬਾਰ ਨੂੰ ਵੱਡਾ ਕਰਨਾ। ਸਰ, ਇੱਕ ਲੱਖਾਂ ਨਿਵਾਸੀਆਂ ਦੀ ਮੰਗ ਆ ਕਿ ਜਿਹੜੀ ਦੁਧਾਰੂ ਪਸ਼ੂਆਂ ਦੀ ਮੰਡੀ ਆ ਪਿਛਲੇ 10 ਸਾਲਾਂ ਤੋਂ ਬੰਦ ਪਈ ਆ, ਉਹਦੇ ਲਈ ਕੁਛ ਉਪਰਾਲਾ? ਜਿਹੜੀ ਮੈਨੂੰ ਦੱਸਿਆ ਗਿਆ ਉਸ ਨੂੰ ਵੀ ਚਾਲੂ ਕਰਵਾ ਦੇਵਾਂਗੇ। ਇਹੋ ਜਿਹੀ ਕਦੇ ਕੋਈ ਦਿੱਕਤ ਨਹੀਂ ਆਉਣ ਦੇਊਗੀ, ਦਿੱਤੀ ਜਾਊਗੀ ਸਾਡੇ ਮਹਿਕਮੇ ਵੱਲੋਂ, ਪੰਜਾਬ ਸਰਕਾਰ ਵੱਲੋਂ, ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ। ਅਸੀਂ ਪੰਜਾਬ ਦੇ ਲੋਕਾਂ ਦੇ ਸਾਰੇ ਕਾਰੋਬਾਰ ਨੂੰ ਵਧਾਉਣ ਦੇ ਲਈ ਵਚਨਬੱਧ ਹਾਂ। ਅਰਸੇ ਬਾਅਦ ਅੱਜ ਮੇਲਾ ਜਿਹੜਾ ਫਿਰ ਤੋਂ ਲੱਗਿਆ, ਫਿਰ ਤੋਂ ਰੌਣਕ ਆਈਆਂ ਮੰਡੀ ਦੇ ਵਿੱਚ, ਕੀ ਕਹਿਣਾ ਚਾਹੋਗੇ ਤੁਸੀਂ? ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਦੇ ਵਿੱਚ ਇਹ ਮੰਡੀਆਂ ਅਤੇ ਮੇਲੇ ਪਸ਼ੂਆਂ ਦੇ ਇਸ ਤਰ੍ਹਾਂ ਹੀ ਲੱਗਦੇ ਰਹਿਣਗੇ। ਅਤੇ ਮੈਂ ਆਪਣੇ ਵੱਡੇ ਭਰਾ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ, ਪਸ਼ੂ ਪਾਲਣ ਖੇਤੀਬਾੜੀ ਮੰਤਰੀ ਜੀ ਨੂੰ ਅਪੀਲ ਵੀ ਕਰਦਾ ਕਿ ਗਾਂ ਆਪਾਂ ਨੈਸ਼ਨਲ ਮੇਲਾ ਵੀ ਕਰਾਉਣਾ, ਅਤੇ ਜਦੋਂ ਸਾਡੇ ਪਸ਼ੂ ਪਾਲਕ ਕਹਿਣ ਕਿ ਆਪਾਂ ਮੇਲੇ ਕਰਾਉਣੇ ਆ, ਪੰਜਾਬ ਸਰਕਾਰ ਵੱਲੋਂ ਆਪਾਂ ਇਹਨਾਂ ਦੀ ਫੁੱਲ ਸਪੋਰਟ ਕਰਨੀ ਆ, ਕਿਉਂਕਿ ਇਹ ਸਾਡਾ ਉਹ ਧਨ ਆ ਜਿਹਦੇ ਨਾਲ ਅੱਜ ਤੱਕ ਕਰੋੜਾਂ ਅਰਬਾਂ ਰੁਪਈਆ ਕਮਾ ਕੇ ਲੋਕਾਂ ਨੇ ਆਪਦੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਵਿਦੇਸ਼ਾਂ ਤੱਕ ਇਹਨਾਂ ਇਸ ਪਸ਼ੂ ਧਨ ਤੋਂ ਦੁੱਧ ਵੇਚ ਕੇ ਕਮਾਈਆਂ ਕਰਕੇ, ਘੋੜੇ ਵੇਚ ਕੇ ਇਹਨਾਂ ਤੋਂ ਕਮਾਈਆਂ ਕਰਕੇ, ਨਾਲੇ ਤਾਂ ਆਪਦੇ ਸ਼ੌਂਕ ਪੂਰੇ ਕੀਤੇ, ਨਾਲੇ ਆਪਦੇ ਬੱਚੇ ਪਾਲੇ ਪੜ੍ਹਾਏ, ਉਹਨਾਂ ਦੀਆਂ ਫੀਸਾਂ ਦਿੱਤੀਆਂ, ਅਤੇ ਬੁਲੰਦੀਆਂ ਤੱਕ ਇਹ ਕਾਰੋਬਾਰ ਲੋਕਾਂ ਨੂੰ ਲੈ ਕੇ ਗਿਆ। ਅਤੇ ਮੈਂ ਆਪਦੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ, ਧੀਆਂ ਭੈਣਾਂ ਨੂੰ ਵੀ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ 'ਚ ਆਪਣੇ ਤੁਸੀਂ ਪਰਿਵਾਰ ਦੇ ਵਿੱਚ ਅਵੇਅਰ ਕਰੋ, ਘੋੜੇ ਘੋੜੀਆਂ ਘਰਾਂ ਦੇ ਵਿੱਚ ਰੱਖੋ, ਇਹ ਬੜਾ ਵੱਡਾ ਸ਼ੌਂਕ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਵਾਰੀ ਆ ਘੋੜੇ, ਅਤੇ ਘੋੜੇ ਜੇ ਆਪਾਂ ਘਰਾਂ ਦੇ ਵਿੱਚ ਰੱਖਾਂਗੇ ਤਾਂ ਮਹਾਰਾਜ ਦੀ ਕਿਰਪਾ ਆਪੇ ਹੀ ਚੜ੍ਹਦੀ ਕਲਾ ਹੋ ਜਾਣੀ ਆ। ਅਤੇ ਜਿਹੜੀਆਂ ਕਰਮਾਂ ਵਾਲੀਆਂ ਮੱਝਾਂ ਭਰੀਆਂ, ਇੱਕ ਤਾਂ ਸਾਨੂੰ ਦੁੱਧ ਦਿੰਦੀਆਂ, ਰੁਜ਼ਗਾਰ ਦਾ ਸਾਧਨ ਚੱਲਦਾ, ਸਾਡਾ ਪਰਿਵਾਰ ਪਲਦਾ ਇਹਦੇ ਨਾਲ, ਦੁੱਧ ਜੇ ਅਸੀਂ ਪੀਂਦੇ ਹਾਂ ਤਾਂ ਤਗੜੇ ਵੀ ਹੁੰਦੇ ਹਾਂ, ਅਤੇ ਦੂਜਾ ਜਦੋਂ ਅਸੀਂ ਇਹਨਾਂ ਕਰਮਾਂ ਵਾਲੀਆਂ ਦੇ ਪੈਰਾਂ ਨੂੰ ਹੱਥ ਲਾਉਂਦੇ ਹਾਂ, ਬੇਜ਼ਬਾਨੇ ਡੰਗਰ ਨੇ ਜਦੋਂ ਇਹਨਾਂ ਦੀ ਕੋਈ ਸੇਵਾ ਕਰਦਾ, ਅਤੇ ਇਹ ਵੀ ਅਸੀਸਾਂ ਦੇਣ ਦੇ ਵਿੱਚ ਕਸਰ ਨਹੀਂ ਛੱਡਦੀਆਂ, ਬੇਜ਼ਬਾਨੇ ਜਾਨਵਰਾਂ ਦੀ ਜਿਹਨੇ ਵੀ ਸੇਵਾ ਕੀਤੀ ਆ, ਉਸ ਪਰਿਵਾਰ ਦੀ ਚੜ੍ਹਦੀ ਕਲਾ ਤਰੱਕੀ ਹੋਈ ਆ। ਅੱਜ ਤੱਕ ਜਿਹੜੇ ਵੀ ਬੰਦੇ ਨੇ ਆਪਦੇ ਘਰ ਚੰਗੇ ਪਸ਼ੂ ਰੱਖਿਆ ਅਤੇ ਉਹਨਾਂ ਦੀ ਸੇਵਾ ਕੀਤੀ ਆ, ਕਈ ਤਾਂ ਇਹ ਕਰਦੇ ਆ ਜਾਨਵਰ ਰੱਖ ਕੇ ਉਹਨਾਂ ਨੂੰ ਪੱਠੇ ਪਾਣੀ ਤੱਕ ਨਹੀਂ ਡਾਉਂਦੇ, ਇਹ ਨਹੀਂ ਵੀ ਆਪਾਂ ਜਾਨਵਰ ਰੱਖਿਆ ਅਤੇ ਉਹ ਕਿੱਲੇ ਦੇ ਬੱਝੇ ਰਹਿਣ ਅਤੇ ਉੱਥੇ ਡਿੰਗਦੇ ਰਹਿਣ, ਭੁੱਖੇ ਤੇ ਆਏ ਬੈਠੇ ਰਹਿਣ। ਜੇ ਡੰਗਰ ਰੱਖਣੇ ਉਹਨਾਂ ਦੀ ਸੇਵਾ ਕਰਨੀ, ਜੇ ਸੇਵਾ ਕਰਾਂਗੇ ਤਾਂ ਸੇਵਾ ਦਾ ਮੇਵਾ ਮਿਲਣਾ। ਇਸ ਕਰਕੇ ਮੈਂ ਨੌਜਵਾਨ ਆਪਦੇ ਵੀਰਾਂ ਨੂੰ ਭੈਣਾਂ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਆਪਦੇ ਪਿਤਾ ਪੁਰਖੀ ਕਿੱਤੇ ਦੇ ਨਾਲ ਜੁੜ ਗਏ, ਪਸ਼ੂ ਰੱਖੀਏ, ਗਾਵਾਂ ਮੱਝਾਂ ਘੋੜੇ ਰੱਖੀਏ, ਤਾਂ ਜੋ ਸਾਡਾ ਪੁਰਾਤਨ ਵਿਰਸਾ ਮੁੜ ਤੋਂ ਸੁਰਜੀਤ ਹੋਵੇ, ਅਤੇ ਸਾਨੂੰ ਇਹ ਖੇਤੀ ਦੇ ਨਾਲ ਨਾਲ ਇੱਕ ਢੁੱਕਵਾਂ ਖੇਤੀ ਦਾ ਕਿੱਤਾ ਜਿਹੜਾ ਉਹਦਾ ਵੀ ਫਾਇਦਾ ਹੋਵੇ, ਅਤੇ ਨਾਲ ਸਾਨੂੰ ਇਹ ਜਾਨਵਰ ਰੱਖਣ ਦੇ ਵਿੱਚ ਸਾਨੂੰ ਹੋਰ ਫਾਇਦੇ ਮਿਲਣ। ਸਰ, ਯੂਥ ਲਗਾਤਾਰ ਵਿਦੇਸ਼ ਜਾ ਰਿਹਾ, ਲੱਗਦਾ ਨਹੀਂ ਕਿ ਜੇ ਇੱਥੇ ਯੂਥ ਰਹਿ ਕੇ ਅਜਿਹੇ ਕਿੱਤੇ ਨਾਲ ਜੁੜੇ ਤਾਂ ਵੱਡੀ ਕਮਾਈ ਕਰ ਸਕਦੇ? ਬਿਲਕੁਲ, ਵੇਖੋ ਸਾਡੇ ਆ ਸੰਨੀ ਗਿੱਲ ਜੀ ਆ, ਇਹਨਾਂ ਕੋਲ ਦਿਲਬਾਗ ਅਤੇ ਗੁਲਬਾਗ ਘੋੜਾ ਆ, ਜਿਹਦਾ ਨਾਂ ਇਕੱਲਾ, ਹਾਂਜੀ, ਦੇਵਰਾਜ,
ਜਿਹਦਾ ਨਾਂ ਇਕੱਲਾ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਨਾਂ ਦੇਵਰਾਜ ਦਾ, ਅਤੇ ਹੋਰ ਵੀ ਇਹਨਾਂ ਕੋਲ ਚੰਗੀ ਨਸਲ ਦੀਆਂ ਵਿਛੇਰੀਆਂ ਵਿਛੇਰੇ ਆ, ਹੋਰ ਵੀ ਸਾਡੇ ਇੱਥੇ ਭਰਾ ਨੀਲੋ ਤੋਂ ਨੰਬਰਦਾਰ ਆ, ਉਹਨਾਂ ਕੋਲ ਵੀ ਚੰਗੀਆਂ ਮੱਝਾਂ ਚੰਗੀ ਨਸਲ ਦੀਆਂ, ਹੁਣ ਵੀ ਉਹਨਾਂ ਦੀ ਇਸ ਮੇਲੇ 'ਚੋਂ ਫਸਟ ਆਈ ਆ, ਅਤੇ 55 ਲੱਖ ਦੀ ਕੀਮਤ ਦੀਆਂ ਮੱਝਾਂ ਆਈਆਂ ਇੱਥੇ ਮੇਲੇ 'ਤੇ, ਕਰੋੜ ਰੁਪਈਏ ਕੀਮਤ ਦੇ ਬੁੱਲ ਆਏ ਆ, ਨਾਲ ਜਿਹੜੇ ਘੋੜੇ ਆ ਘੋੜਿਆਂ ਦੀ 5-5 7-7 10-10 20 ਕਰੋੜ ਰੁਪਈਏ ਤੱਕ ਵੀ ਕੀਮਤ, ਜਿੰਨੀ ਕਹਿ ਲਈਏ ਕੀਮਤ ਓਨੀ ਥੋੜ੍ਹੀ ਆ, ਅਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਜਿਹਨੂੰ ਸ਼ੌਂਕ ਹੈ ਘੋੜੇ ਰੱਖਣ ਦਾ, ਚੰਗੀਆਂ ਮੱਝਾਂ ਰੱਖਣ ਦਾ, ਉਹ ਮੂੰਹੋਂ ਮੰਗੇ ਪੈਸੇ ਦੇ ਕੇ ਇਹਨਾਂ ਜਾਨਵਰਾਂ ਨੂੰ ਆਪਦੇ ਕਿੱਲੇ 'ਤੇ ਲੈ ਕੇ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ P-287 ਦਾ ਬੱਚਾ ਹੈ, ਇਹਦੀ ਮਾਂ ਦਾ ਨਾਂ ਤਕਦੀਰ ਆ, ਨੋਰਮਲ 'ਤੇ 25+ ਚੱਲਦੀ ਆ। ਇਹਦੀਆਂ 4 ਰਿਕਾਰਡਿੰਗਾਂ ਹੈਗੀਆਂ ਸਾਡੇ ਕੋਲ ਜਿਹੜੇ ਸਰਕਾਰੀ ਆ। ਅੱਜ ਸਨਮਾਨ ਚਿੰਨ੍ਹ ਮਿਲਿਆ, ਕਿਸ ਤਰ੍ਹਾਂ ਦਾ ਲੱਗਿਆ? ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਸਨਮਾਨ ਚਿੰਨ੍ਹ ਸਰਦਾਰ ਗੁਰਦੇਵ ਸਿੰਘ ਨੂੰ, ਸਰਪੰਚ ਨੂੰ ਮਿਲਿਆ, ਜਿਹੜਾ ਬਰੀਡ ਕੰਮ ਕਰਦਾ। ਹੁਣ 2021 'ਚ 22 ਸੱਚ ਮੁੱਖ ਮੰਤਰੀ ਅਵਾਰਡ ਵੀ ਮਿਲਿਆ ਇੱਕ ਕੱਟੇ ਦੇ ਮਾਲਕ ਨੂੰ। ਸਾਨੂੰ ਬਹੁਤ ਖੁਸ਼ੀ ਹੋਈ ਆ ਜੀ, ਵੀ ਐਡਾ ਸੋਹਣਾ 4 ਦੰਦ ਰਾਖਾ, ਜਿਹੜਾ 2 ਨੰਬਰ 'ਤੇ। ਫਤਿਹਗੜ੍ਹ ਸਭਰਾ ਤੋਂ ਆ ਜੀ। ਕਿੰਨਵਾਂ ਨੰਬਰ 'ਤੇ ਆਈ ਆ? 2 ਨੰਬਰ 'ਤੇ ਆ ਜੀ। ਕਿੰਨੇ ਚਿਰ ਦਾ ਜੀ? ਇਹ 38 ਮਹੀਨੇ ਦਾ ਹੈ। ਲੱਗਦਾ ਹੈ ਜੇ ਮੇਲੇ ਲੱਗਣੇ ਚਾਹੀਦੇ ਆ। ਹਾਂਜੀ ਹਾਂਜੀ, ਬਹੁਤ ਬਹੁਤ ਆਪਾਂ ਤਾਂ ਰੋਜ਼ ਮੇਲਾ ਵੇ, ਇਹ ਨਹੀਂ ਗੱਲ।